لا يعلم من في السماوات والأرض الغيب إلا الله ਸਾਰੀ ਕਾਇਨਾਤ ਦੇ ਅੰਦਰ ਆਸਮਾਨਾਂ ਦੇ ਅੰਦਰ ਜ਼ਮੀਨਾਂ ਦੇ ਅੰਦਰ ਹਰ ਲੁਕੀ ਤੇ ਛੱਪੀ ਹਾਲਤ ਨੂੰ ਹਰ ਲੁਕੀ ਤੇ ਛੱਪੀ ਚੀਜ਼ ਨੂੰ ਕੋਈ ਨਬੀ ਨਹੀਂ ਜਾਣਦਾ ਕੋਈ ਫਰਿਸ਼ਤਾ ਨਹੀਂ ਜਾਣਦਾ ਕੋਈ ਪੀਰ ਨਹੀਂ ਜਾਣਦਾ ਕੋਈ ਫਕੀਰ ਨਹੀਂ ਜਾਣਦਾ ਕੋਈ ਮੁੱਲਾ ਨਹੀਂ ਜਾਣਦਾ ਕੋਈ ਲੰਗਰਖਾਨੇ ਦਾ ਦਰਬਾਰ ਨਹੀਂ ਜਾਣਦਾ ਕੋਈ ਮਜ਼ਾਰ ਦਾ ਚੱਪਾ ਤੇ ਚੱਕਰ ਨਹੀਂ ਜਾਣਦਾ ਕੋਈ ਮਲੰਗ ਲਿਫੰਗ ਧੜੰਗ ਨਹੀਂ ਜਾਣਦਾ ਜੇਕਰ ਜਾਣਦਾ ਹੈ ਤਾਂ ਇਲਾ ਇਹ ਮਸਲਾ ਜਿਹੜਾ ਮੈਂ ਰਾਤੀ ਦੀਆਂ ਬਿਆਨ ਖਲਾ ਕਰੇ ਨਾ ਜਿੱਥੋਂ ਤੁੜੀ ਮੇਰਾ ਥੌਲਰ ਸ਼ਾਹੀ ਏ ਮੈਂ ਬਿਆਨ ਖਲਾ ਕਰੇ ਨਾ ਅੱਲਾ ਸ਼ੁਕਰ ਯਾ ਇਹ ਵੱਡੀ ਨਿਮਤ ਈ ਜੋ ਮੈਂ ਕੰਨਾਂ ਨਾਲ ਮੈਨੂੰ ਚ ਸੁਣਾ ਲਈ ਬੰਦੇ ਤਾਂ ਵੱਤ ਵੀ ਮੁਤਰਾ ਡੋ ਵੈਂਦੇ ਨੇ ਮਗਰ ਜੰਗਲ ਦੇ ਮਕੌੜੇ ਖਲਿਆ ਦਿਨ ਕਿ ਆਲੇ ਮੁਲ ਗਾਇਬ ਅੱਲਾ ਦੇ ਬਗੈਰ ਕੋਈ ਯਾਤ ਮਨ ਕੋ ਸੁਲੈਮਾਨ ਵਜਨੂਦੂ ਵਹੁਮ ਲਾ ਯਸ਼ੂਰੂਨ ਅੱਲਾ ਦੇ ਪਾਕ ਪੈਗੰਬਰ ਜਿਹੜੇ ਵੇਲੇ ਸੁਣਿਆ ਜੋ ਅੱਲਾ ਦੀ ਨਿਮਤ ਮੇਰੇ ਉੱਤੇ ਖਾਸ ਆ ਗਈ ਏ ਦੋ ਨਿਮਤਾਂ ਆਈਆਂ ਇੱਕ ਤਾਂ ਇਹ ਨਿਮਤ ਆਈ ਏ ਜੋ ਕਿਹੜੇ ਇਲਾਕੇ ਦੇ ਅੰਦਰ ਖਲਾ ਬੁਲੈਂਦਾ ਹੈ ਮਗਰ ਅੱਲਾ ਪਾਕ ਉਹਦਾ ਬੁਲਾਰਾ ਮੇਰੇ ਕੰਨਾਂ 'ਤੇ ਸਟਿਆ ਚਾਹ ਕੇ ਦੂਈ ਨਿਮਤ ਆਈ ਏ ਜਿਹੜਾ ਮਸਲਾ ਮੈਂ ਬੱਦਿਆਂ ਦੇ ਸਾਹਮਣੇ ਬਿਆਨ ਵਧਾ ਕਰੇ ਨਾ ਉਹ ਮਸਲਾ ਜੰਗਲ ਦੇ ਮੋਹਰੋਂ ਮਲਖ ਵੀ ਬਿਆਨ ਖਲੇ ਕਰੇ ਮੈਨੂੰ ਵਾਦ ਕਰਨ ਦੀ ਜ਼ਰੂਰਤ ਨਹੀਂ ਇੱਥੇ ਤਾਂ ਆਹ ਮਕੌੜੇ ਸ਼ਾਹ ਖਲਾ ਤਬਲੀਗ ਕਰੇ ਵਹੁ ਮਲਾ ਯਸ਼ੂਰੂਨ ਇਸ ਵਾਸਤੇ ਸਹੁਰਾਂ ਨੂੰ ਥਾਈ ਹੱਥ ਖੜੇ ਕੀਤੇ ਸਾਰੇ ਥੋਲਰ ਨੂੰ ਹੀ ਆਖਿਆ ਹੱਥ ਖੜੇ ਕਰੋ ਤੇ ਕਿਹਾ ਦਾ ਰੱਬ ਆਉਜ਼ੇ ਨੀ ਅਨ ਅਸ਼ਕੁਰਾ ਨਿਮਤ ਕੱਲਤੀ ਅਨ ਅੰਤਾ ਲਈਆ ਵਾਲਾ ਵਾਲ ਦਈਆ ਅਨ ਆਮਲ ਸਾਲ ਅਨ ਕਰਜ਼ਾ ਅਦਖਲਨੀ ਰਹਿਮਤ ਕਾ ਫੀ ਬਾਦ ਕਾ ਅਸਾਲੀਨ ਏ ਮੇਰਾ ਅੱਲਾ ਆਉਜ਼ੇਨੀ ਅਨ ਅਸ਼ਕੁਰਾ ਨਿਮਤ ਤਕ ਅੱਲਾ ਸਈਆ ਮੈਨੂੰ ਤਾਕਤ ਦੇ ਜੋ ਮੈਂ ਤੇਰੀਆਂ ਨਿਮਤਾਂ ਦਾ ਸ਼ੁਕਰ ਅਦਾ ਕਰਾਂ ਅੱਲਾ ਵੇਖਿਆ ਯਾ ਨਿਮਤ ਆਈ ਏ ਅੱਲਾ ਪਾਕ ਦੀ ਦੇਰ ਨਹੀਂ ਕੀਤੀ ਅੱਲਾ ਦੇ ਪੈਗੰਬਰ ਨੇ ਕਿਉਂ ਸਬਕ ਤੇ ਸਿਖਾਈਂਦਾ ਦੁਨੀਆ ਨੂੰ ਉਹ ਲੋਕੋ ਜਦੋਂ ਵੀ ਬੰਦੇ ਤੇ ਸਵਾਲ ਆਉਂਦਾ ਹੈ ਅੱਲਾ ਦੀ ਨਿਮਤ ਦੀਆਂ ਨਾ ਸ਼ੁਕਰੀਆਂ ਕਰਨ ਨਾਲ ਆਉਂਦਾ ਹੈ ਪੁੱਤਰ ਅੱਲਾ ਦੇਵੇ ਤੇ ਲਿਟਾ ਥੱਥੂ ਲਾਲ ਜਹਾਨੀਆਂ ਦੇ ਕਰਨ ਵਾਸਤੇ ਨਹੀਂ ਕਹੇ ਫਕੀਰ ਦੇ ਰਾਜ਼ੀ ਕਰਨ ਵਾਸਤੇ ਨਹੀਂ ਮੇਰੇ ਵਜੂਦ ਦੀ ਜਿਹੜੀ ਹਰਕਤ ਵੀ ਹੋਵੇ ਅੱਲਾ ਸਾਈਆ ਉਹ ਇਹੋ ਜਿਹੀ ਮੈਥੋਂ ਕਰਵਾ ਜੋ ਤਰਜ਼ਾ ਇਹੋ ਜਿਹਾ ਅਮਲ ਮੇਰੇ ਕੋਲੋਂ ਕਰਵਾ ਜਿਹਦੇ ਨਾਲ ਤੂੰ ਰਾਜ਼ੀ ਹੋ ਪਵੇ ਅਦਖਲਨੀ ਬਿਰਹਿਮਤ ਕਾ ਫੀ ਇਬਾਦਕ ਸਾਲਹੀਨ
ਬੰਦਾ ਪਾਕਾ ਆਪਣੀ ਰਹਿਮਤ ਦੇ ਨਾਲ ਮੈਨੂੰ ਉਹਨਾਂ ਬੰਦਿਆਂ ਦੇ ਅੰਦਰ ਦਾਖਲ ਕਰ ਜਿਹੜੇ ਤੇਰੇ ਗਵਾਹ ਤੇਰੇ ਕੋਲ ਮਿਹਰਬਾਨੀ ਨਾਲ ਰਹਿੰਦੇ ਅੱਲਾਹ